ਐਤਵਾਰ ਨੂੰ ਕਹਿ ਦਈਏ ਤਾਂ ਡੇਰਾਬੱਸੀ ਤੋਂ 7 ਬੱਚੇ ਲਾਪਤਾ ਹੋ ਜਾਂਦੇ ਨੇ। ਘਰਦਿਆਂ ਨੂੰ ਉਹਨਾਂ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਕਿ ਬੱਚੇ ਉਹਨਾਂ ਦੇ ਕਿੱਧਰ ਗਏ ਨੇ। ਜਦੋਂ ਸ਼ਾਮ ਨੂੰ ਬੱਚੇ ਨਹੀਂ ਮਿਲਦੇ ਤਾਂ ਪਰਿਵਾਰ ਦੇ ਵੱਲੋਂ ਡੇਰਾਬੱਸੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਜਾਂਦੀ ਹੈ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਤੁਰੰਤ ਹੀ ਹਰਕਤ ਦੇ ਵਿੱਚ ਆਉਂਦੇ ਉਹਨਾਂ 7 ਬੱਚਿਆਂ ਦੀ ਜੋ ਨਾਬਾਲਿਗ ਨੇ, ਛੋਟੀ ਉਮਰ ਦੇ ਨੇ, ਮਾਈਨਰ ਉਮਰ ਦੇ ਨੇ, ਅਤੇ ਉਹਨਾਂ ਦੀ ਭਾਲ ਕੀਤੀ ਜਾਂਦੀ। 13 ਸਾਲ ਦਾ ਬੱਚਾ ਹੈ, ਇਹ ਆਇਆ, ਬਾਕੀ ਜਾਣੇ ਕੇ ਬਾਰੇ ਮੇਂ ਤੋ ਮੇਰੇ ਕੋ ਨਹੀਂ ਪਤਾ ਹੈ। ਅਬ ਆਇਆ ਹੈ ਤੋ ਪਤਾ ਹੈ ਕਿ ਐਸੇ ਐਸੇ ਆਇਆ ਹੈ ਜੀ। ਬੰਬਈ ਗਿਆ ਥਾ, ਵਹਾਂ ਸੇ ਕੱਲ 9 ਵਜੇ ਸ਼ਾਮ ਕੋ ਮੇਰੇ ਪੇ ਫੋਨ ਆਇਆ ਕਿ ਮੈਂ ਆ ਰਹਾ ਹੂੰ, ਨਈ ਦਿੱਲੀ ਮੇਂ ਲੈਨੇ ਗਿਆ ਥਾ ਮੈਂ। ਕਿਤਨੀ ਉਮਰ ਕਿਤਨੀ ਆਪਕੇ ਬੱਚੇ ਕੀ ਔਰ ਕਿਤਨਾ ਸਮਾਂ ਕੌਨ ਸੀ ਕਲਾਸ ਮੇਂ ਪੜ੍ਹਤਾ ਜੀ? 13 ਸਾਲ ਉਮਰ ਹੈ ਜੀ, 7ਵੀਂ ਕਲਾਸ ਮੇਂ ਪੜ੍ਹ ਰਹਾ ਹੈ। ਕਿਆ ਹੁਆ ਥਾ, ਕਿਆ ਵਾਕਿਆ ਹੁਆ ਥਾ ਕਿ ਆਪ ਜਬ ਆਪ ਘਰ ਸੇ ਨਿਕਲੇ? ਇੱਕ ਲੜਕਾ ਥਾ ਸੂਰਜ ਨਾਮ ਕਾ, ਸਵਿਮਿੰਗ ਪੂਲ ਕੇ ਬਹਾਨੇ ਲੈ ਕੇ ਗਿਆ ਥਾ। ਆਪ ਜਾਣਤੇ ਉਸ ਥੇ ਉਸਕੋ ਆਪਕੇ ਕੋਈ ਕਲਾਸਮੇਟ ਜਾਂ ਕੋਈ ਦੋਸਤ ਆਪਕਾ? ਕਲਾਸਮੇਟ ਨਹੀਂ ਥਾ, ਜਾਣਤੇ ਥੇ, ਦੋਸਤ ਹੈ, ਬਗਲ ਵਾਲੀ ਗਲੀ ਮੇਂ ਰਹਤਾ ਹੈ। ਯਾਰ ਤਾਂ ਕਿ ਯਹਾਂ ਛੋਟਾ ਸਵਿਮਿੰਗ ਪੂਲ ਹੈ, ਬੜੇ ਸਵਿਮਿੰਗ ਮੇਂ ਚਲਤੇ ਹੈ, ਤੋ ਵਹੀਂ ਸੇ ਵਹੀਂ ਸੇ ਲੈ ਕੇ ਚਲਾ ਗਏ ਜ਼ਬਰਦਸਤੀ। ਹਮਾਰੇ ਥੇ ਤੋ ਝਗੜਾ ਕਰਨੇ ਲੱਗ ਗਏ, ਉਸਨੇ ਮਾਰਾ ਥਾ, ਤੋ ਹਮ ਸਾਰੇ ਆਪਸ ਦੇ ਵਿੱਚ 7 ਲੜਕੇ ਆਪਸ ਦੇ ਦੋਸਤ ਸੀ, ਜਿਨ੍ਹਾਂ ਨੇ ਇੱਕ ਮਤ ਹੋ ਕੇ ਸਾਰੇ ਗਏ ਹੈ ਕਿ ਬੰਬੇ ਜਾ ਕੇ ਉੱਥੇ ਪੈਸੇ ਕਮਾਵਾਂਗੇ, ਘਰੇ ਨਹੀਂ ਰਹਿਣਾ, ਵਾਪਸ ਘਰੇ ਨਹੀਂ ਰਹਿਣਾ, ਕਿਉਂਕਿ ਪੈਸੇ ਦੀ ਥੋੜ੍ਹੀ ਚਲੋ ਤੰਗੀ ਤੁੰਗੀ ਕਰਕੇ ਸ਼ਾਇਦ ਗਏ ਨੇ। ਜਿਨ੍ਹਾਂ 'ਚੋਂ 2 ਲੜਕੇ ਦਿੱਲੀ ਆਪਣਾ ਰੇਲਵੇ ਸਟੇਸ਼ਨ ਤੋਂ ਰਿਕਵਰ ਹੋਏ ਨੇ, ਬਾਕੀ 5 ਦੀ ਭਾਲ ਜਾ ਰਹੀ ਹੈ, ਜੋ ਕਿ ਸਾਨੂੰ ਉਮੀਦ ਹੈ ਜਲਦੀ ਮਿਲ ਜਾਣ। ਐਤਵਾਰ ਨੂੰ ਕਹਿ ਦਈਏ ਤਾਂ ਡੇਰਾਬੱਸੀ ਤੋਂ 7 ਬੱਚੇ ਲਾਪਤਾ ਹੋ ਜਾਂਦੇ ਨੇ। ਘਰਦਿਆਂ ਨੂੰ ਉਹਨਾਂ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਕਿ ਬੱਚੇ ਉਹਨਾਂ ਦੇ ਕਿੱਧਰ ਗਏ ਨੇ, ਲੇਕਿਨ ਜਦੋਂ ਸ਼ਾਮ ਨੂੰ ਬੱਚੇ ਨਹੀਂ ਮਿਲਦੇ ਤਾਂ ਪਰਿਵਾਰ ਦੇ ਵੱਲੋਂ ਡੇਰਾਬੱਸੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਜਾਂਦੀ ਹੈ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਤੁਰੰਤ ਹੀ ਹਰਕਤ ਦੇ ਵਿੱਚ ਆਉਂਦੇ ਉਹਨਾਂ 7 ਬੱਚਿਆਂ ਦੀ ਜੋ ਨਾਬਾਲਿਗ ਨੇ, ਛੋਟੀ ਉਮਰ ਦੇ ਨੇ, ਮਾਈਨਰ ਉਮਰ ਦੇ ਨੇ, ਅਤੇ ਉਹਨਾਂ ਦੀ ਭਾਲ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਵਿੱਚ 2 ਬੱਚੇ ਥਿਆ ਜਾਂਦੇ ਨੇ ਅਤੇ ਦੇਰ ਰਾਤ 2 ਬੱਚੇ ਥਿਆਏ ਨੇ, ਅਤੇ ਬੱਚਿਆਂ ਦੇ ਪੇਰੈਂਟਸ ਨਾਲ ਹੈ, ਤੁਹਾਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਸਰ, ਕਿਆ ਨਾਮ ਹੈ ਔਰ ਕਿਤਨੀ ਸਾਲ ਕਾ ਬੱਚਾ ਥਾ, ਕਹਾਂ ਗਿਆ ਥਾ? ਗਿਆਨ ਬਾਬੂ ਨਾਮ ਹੈ ਜੀ, 13 ਸਾਲ ਕਾ ਬੱਚਾ ਹੈ। ਇਹ ਆਇਆ, ਬਾਕੀ ਜਾਣੇ ਕੇ ਬਾਰੇ ਮੇਂ ਤੋ ਮੇਰੇ ਕੋ ਨਹੀਂ ਪਤਾ ਹੈ। ਅਬ ਆਇਆ ਹੈ ਤੋ ਪਤਾ ਹੈ ਕਿ ਐਸੇ ਐਸੇ ਆਇਆ ਹੈ। ਚਲਾ ਕਹਾਂ ਗਿਆ ਥਾ, ਕੁਛ ਪਤਾ ਚਲਾ, ਬਤਾਇਆ ਕੁਛ ਇਸਨੇ ਆਪਕੇ ਬੱਚੇ ਨੇ? ਜੀ, ਬੰਬਈ ਗਿਆ ਥਾ, ਵਹਾਂ ਸੇ ਕੱਲ 9 ਵਜੇ ਸ਼ਾਮ ਕੋ ਮੇਰੇ ਪੇ ਫੋਨ ਆਇਆ ਕਿ ਮੈਂ ਆ ਰਹਾ ਹੂੰ, ਨਈ ਦਿੱਲੀ ਮੇਂ ਲੈਨੇ ਗਿਆ ਥਾ ਮੈਂ। ਆਪ ਗਏ ਥੇ ਨਈ ਦਿੱਲੀ, ਆਪਕੇ ਸਾਥ ਮੇਂ ਪੁਲਿਸ ਵੀ ਥੀ? ਜੀ, 2 ਪੁਲਿਸ ਥੀ, ਮੈਂ ਥਾ, ਆਪਣੀ ਗਾੜੀ ਲੈ ਕੇ ਗਏ ਥੇ। ਆਪਣੀ ਗਾੜੀ ਲੈ ਕੇ ਗਏ ਥੇ ਜੀ। ਕਿਤਨੀ ਉਮਰ ਕਿਤਨੀ ਆਪਕੇ ਬੱਚੇ ਕੀ ਔਰ ਕਿਤਨਾ ਸਮਾਂ ਕੌਨ ਸੀ ਕਲਾਸ ਮੇਂ ਪੜ੍ਹਤਾ ਜੀ? 13 ਸਾਲ ਉਮਰ ਹੈ ਜੀ, 7ਵੀਂ ਕਲਾਸ ਮੇਂ ਪੜ੍ਹ ਰਹਾ ਹੈ। 7ਵੀਂ ਕਲਾਸ ਮੇਂ। ਆਪ ਰਹਿਣੇ ਵਾਲੇ ਕਹਾਂ ਕੇ ਹੋ, ਜਾਂ ਪੰਜਾਬ ਸੇ ਹੋ ਜਾਂ ਕਹੀਂ ਯੂਪੀ ਬਿਹਾਰ ਜਾਂ ਹਰਿਆਣਾ ਸੇ? ਯੂਪੀ ਸੇ ਹੈ ਜੀ, ਯੂਪੀ ਸੇ। ਯਹਾਂ ਪੇ ਕਿਆ ਕਾਮ ਕਰਤੇ ਹੈ? ਯਹਾਂ ਫੈਕਟਰੀ ਮੇਂ ਕਾਮ ਕਰਤੇ ਹੈ ਜੀ। ਫੈਕਟਰੀ ਮੇਂ ਕਾਮ ਕਰਤੇ ਹੋ ਜੀ, ਤੋ ਇਸਕੇ ਦਿਮਾਗ ਮੇਂ ਇਸ ਤਰ੍ਹਾਂ ਕਾ ਬੜਾ ਸ਼ਹਿਰ ਸੇ ਬਾਹਰ ਜਾਣੇ ਕਾ ਕੋਈ ਆਈਡੀਆ ਕਿਸ ਪ੍ਰਕਾਰ ਸੇ ਹੈ? ਸਰ, ਇਸਕੇ ਬਾਰੇ ਮੇਂ ਕੁਛ ਨਹੀਂ ਕਹਿ ਸਕਤੇ, ਕਿਉਂਕਿ ਇਹ ਪਹਿਲੀ ਵਾਰ ਐਸੇ ਕੀਆ ਹੈ। ਇਹ ਪਹਿਲੀ ਵਾਰ ਘਟਨਾ ਹੋਈ ਹੈ ਜੀ। ਬਾਕੀ ਯਾਰ ਦੋਸਤ ਇਸਕੇ ਆਤੇ ਥੇ 5 ਵਜੇ 6 ਵਜੇ ਇਸਕੋ ਜਗਾਨੇ ਕੇ ਲੀਏ, ਤੋ ਇਸਕੋ ਮੈਂ 2 ਮਹੀਨਾ ਫਿਰ ਆਪਣੇ ਸਾਥ ਮੇਂ ਰੱਖਤਾ ਥਾ, ਰਾਤ ਡਿਊਟੀ ਮੇਂ, ਦਿਨ ਡਿਊਟੀ ਮੇਂ, ਛੁੱਟੀ ਪੜੀ ਥੀ ਸਕੂਲ ਕੀ, ਪੂਰਾ ਛੁੱਟੀਓ ਮੈਂ ਇਸਕੋ ਆਪਣੇ ਸਾਥ ਰੱਖਾ ਹੂੰ, ਛੁੱਟੀਓ ਕੇ ਦੌਰਾਨ ਆਪਣੇ ਸਾਥ ਰੱਖਾ ਜੀ।
जब मैं घर में रहता था तो ये घर में रहता था, बाहर रहता था तो मैं बाहर इसको लेके रहता था। कंपनी जाता था काम करने, वहाँ भी इसको मैं ले जाता था, वहाँ रखता था। बाकी ये पहली बार हुआ जो है ऐसे। पहली बार हुआ जी। तो पुलिस के किस तरह का सहयोग रहा आपके साथ में? पुलिस तो सही काम करी है जी। पुलिस ने हमारे साथ नई दिल्ली तक गई, जहाँ तक हुआ बहुत बढ़िया कोशिश कर रही थी ढूंढने की, अभी भी कोशिश कर रही है। जो बच्चे नहीं आए हैं उनको लाने की तो बहुत बढ़िया खोज कर रही है, पता कर रही है, काम ठीक कर रही है। काम ठीक कर रही है जी। सो छोटी उम्र में इतना बड़ा इसने कदम उठाया, क्या लगता है कि कुछ खर, जैसे पुलिस वालों ने बताया कि पैसा कमाने के लिए बाहर निकले हैं, क्या इस तरह के? नहीं जी, ऐसे कुछ नहीं है, ये खेलने के लिए निकले हुए थे। खेलने के लिए निकले थे तो इनके साथ में कुछ बड़े बच्चे इकट्ठा हो गए थे, तो ये छोटे बच्चे हैं, इनको ऐसे ले गया कि यहाँ पे छोटा स्विमिंग पूल है, ये स्विमिंग पूल का बता के गए थे कि वहाँ पे हम नहाने धोने जा रहे हैं खेलने, तो वो बच्चे इनको ले गए कि यहाँ ठीक नहीं है, इससे बढ़िया जो है अम्बाला साइड में एक है, वहाँ चलते हैं, शाम तक खेलेंगे, शाम तक वापस आ जाएंगे, ये अभी लड़का बता रहा था सुबह में मेरे को, बस यही है। तो फिर इससे आगे क्या प्लान, कैसे इनका बनाऊं? बड़े बच्चों ने बनाया या सभी ने मिलकर? अब ये तो बच्चे से पूछो जी, बच्चा खड़ा है। पुलिस ने आपका बच्चा आपको ढूंढ के दिया, तकरीबन 72 घंटे का समय के ऊपर का टाइम हो चुका है, क्या क्या कहना चाहिए इसमें? सर पुलिस तो हेल्प कर ही रही है, लेकिन लड़का ने खुद मेरे पे फोन किया है कि पापा हम आ रहे हैं, बेटा तू कहाँ है? तो बम्बई चले गए थे, वहाँ से हम आ रहे हैं, हम नई दिल्ली में पहुँचने वाले हैं, आप हमें नई दिल्ली लेने आ जाओ। okay. बोला ठीक है जी, मैं लेने आ रहा हूँ। तो हमने पुलिस को खबर किया, क्योंकि केस चल रहा था, पुलिस को खबर किया तो पुलिस भी फटाफट तैयार हुई गई। बिल्कुल। सो जिस तरह के पेरेंट्स ने दसा है कि पिता ने दसा है कि उन्होंने बच्चा दूसरे बच्चे ना खेलता होया, पहला स्विमिंग पूल का जो इन्होंने दसाया गया सी उत्थे नहाउण चलते हैं, लेकिन अंबाले का दसाया गया, उस तो बाद दूसरे पासे जे कह दिए तो उस तो अगे ट्रेन चढ़ गए, बच्चे किस तरह दिल्ली पहुँचे या बंबई पहुँचे ने, यह भी हजे जांच का विषय है। लेकिन सब तो वड्डी गल है कि छोटी उम्र के इन्ना वड्डा स्टैप कितना कितने तक कोई ना कोई रीज़न रहा होएगा, कोई कारण रहा होएगा जिस करके बच्चे ने स्टैप चुकया। बच्चे नाल भी गलबात करन दी कोशिश करते हैं। बेटा संडे को आप घर से निकले हो, अपने क्या हुआ था, क्या वाकया हुआ था, क्या जब आप घर से निकले? एक लड़का था सूरज नाम का, स्विमिंग पूल के बहाने लेके गया था। सूरज नाम का लड़का था, आप जानते उस थे उसको, आपके कोई क्लासमेट या कोई दोस्त आपका? क्लासमेट नहीं था, जानते थे, दोस्त है। क्या कैसे जानते थे आप उसको? बगल वाली गली में रहता है। बगल वाली गली में, कब से जानते थे आप उसको? 5-6 महीने से। 5-6 महीने से। तो क्या बोल के क्या लेके गया आपको? कह रहा था कि यहाँ छोटा स्विमिंग पूल है, बड़े स्विमिंग में चलते हैं।
तो वहीं से लेके चला गया जबरदस्ती। बड़ा स्विमिंग पूल कहाँ बताया आपको, कहाँ जाना है? अम्बाला साइड कह रहा था, अम्बाला साइड है, वहीं चलते हैं। तो फिर आप आगे कैसे पहुँचे, दिल्ली मुंबई वगैरह? बस से। तो किराया किस तरह से आपने लिया, इस्तेमाल किस तरह, कोई था पैसे वगैरह लेके गए थे घर से? सूरज के पास था। हाँ जी, सूरज के पास में था। तो कितनी उम्र का, आपसे बड़ा है या छोटा है वो? बड़ा है। कितनी कह सकते हो? 16-17 साल का। 16-17 साल। आप क्या करते हो अभी? पापा के साथ जा रहा था अभी। पापा के साथ में? पापा आपके जॉब करते हैं फैक्ट्री में, आप उनके साथ में काम करते हो। स्कूल पढ़ते हो? कौन सी क्लास में? 7th। तो आप पेरेंट्स के किस तरह संपर्क में है? या हमारे थे तो झगड़ा करने लग गए, उसने मारा था, तो हम उनको वहीं से भाग के आ गए थे। कहाँ से? मुंबई से। आप पहुँच गए थे मुंबई? मुंबई से भाग के आ गए थे, तो ट्रेन में फ़ोन मांगा था कॉल करने के लिए। दूसरे बंदे कहाँ पे हैं जो आपके साथ में? कितने बंदे थे आपको टोटल? कितने? 7 हैं। 7 7 बंदे थे। तो आप कितने वापस आए हो? 2 2 किस लड़ाई झगड़ा किस बात को लेकर हुआ? हम लोग जानबूझ के लड़ाई कर रहे थे क्योंकि हमें जाना नहीं था, और जबरदस्ती लेके जा रहे थे। जबरदस्ती लेके जा रहे थे। सो जिस तरह के बच्चे ने दसाया कि जबरदस्ती उसनों बाहर ले जाया जा रहा सी, कि बच्चे ने कि एक बच्चे का नाम भी लिया, 16-17 साल उम्र भी दसी है। हुण ये जांच का विषय है कि छोटे बच्चे नूं वरगला के फुसला के अपने नाल ले जाना तां पुलिस की एक जांच का विषय बनया होया। कैमरा परसन सुरेंद्र सिंह दे नाल अशफाक टुड्डी, लिविंग इंडिया न्यूज़, डेराबसी। डेराबसी तो बीते एतवार नूं 7 बच्चे लापता हो जाते हैं जो नाबालिग दसे जा रहे हैं, जिन्हां दी पेरेंट्स की शिकायत के उपर डेराबसी थाने दे विच शिकायत दर्ज हुंदी है लापता होने की, जिसनों लैके डेराबसी पुलिस के वलों उन्हां बच्चों की तलाश के लिए टीम तैयार की जांदियां ने। उन्हां दे 7 दे विचों 2 बच्चे पुलिस के हाथ लगे ने, ਅਤੇ ਜਿਨ੍ਹਾਂ ਨੂੰ ਉਹਨਾਂ ਨੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਮਾਮਲਾ ਕੀ ਹੈ ਪੂਰਾ, ਇੰਸਪੈਕਟਰ ਸਾਹਿਬ ਸਾਡੇ ਨਾਲ ਨੇ, ਮਨਦੀਪ ਸਿੰਘ ਜੀ, ਮਾਮਲਾ ਕੀ ਹੋਇਆ ਪੂਰਾ ਕਿ ਜਿਹੜੇ ਉਹ ਬੱਚੇ ਘਰੋਂ ਲਾਪਤਾ ਹੋਏ? ਇਹ ਸਾਰੇ ਆਪਸ ਦੇ ਵਿੱਚ 7 ਲੜਕੇ ਆਪਸ ਦੇ ਦੋਸਤ ਸੀ, ਜਿਨ੍ਹਾਂ ਨੇ ਇੱਕਮੱਤ ਹੋ ਕੇ ਸਾਰੇ ਗਏ ਹਾਂ ਕਿ ਬੰਬੇ ਜਾ ਕੇ ਉੱਥੇ ਪੈਸੇ ਕਮਾਵਾਂਗੇ, ਘਰੇ ਨਹੀਂ ਰਹਿਣਾ, ਵਾਪਸ ਘਰੇ ਨਹੀਂ ਰਹਿਣਾ, ਕਿਉਂਕਿ ਪੈਸੇ ਦੀ ਥੋੜ੍ਹੀ ਚਲੋ ਤੰਗੀ ਤੁੰਗੀ ਕਰਕੇ ਸ਼ਾਇਦ ਗਏ ਨੇ, ਜਿਨ੍ਹਾਂ 'ਚੋਂ 2 ਲੜਕੇ ਦਿੱਲੀ ਆਪਣਾ ਰੇਲਵੇ ਸਟੇਸ਼ਨ ਤੋਂ ਰਿਕਵਰ ਹੋਏ ਨੇ, ਬਾਕੀ 5 ਦੀ ਭਾਲ ਜਾ ਰਹੀ ਹੈ, ਜੋ ਕਿ ਸਾਨੂੰ ਉਮੀਦ ਹੈ ਜਲਦੀ ਮਿਲ ਜਾਣ। ਜਲਦੀ ਮਿਲਣ ਦੀ ਉਮੀਦ ਹੈ। ਬਾਲਿਗ ਦੱਸੇ ਜਾ ਰਹੇ ਨੇ, ਉਮਰ ਕਿੰਨੀ ਕੁ ਹੈ ਇਹਨਾਂ ਬੱਚਿਆਂ ਦੀ? ਇੱਕ ਸਾਰੇ ਹੀ ਨਾਬਾਲਿਗ ਨੇ, ਜਿਨ੍ਹਾਂ ਦੀ ਏਜ 15-16 ਦੇ ਨਜ਼ਦੀਕ ਹੈ। 15-16 ਸਾਲ ਦੇ, ਇੱਕੋ ਕਲੋਨੀ ਦੇ ਰਹਿਣ ਵਾਲੇ, ਇੱਕੋ ਸਕੂਲ ਦੇ? ਇੱਕੋ ਕਲੋਨੀ ਦੇ ਰਹਿਣ ਵਾਲੇ ਹਨ ਅਤੇ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਹਨ, ਹਮ ਉਮਰ ਨੇ ਸਾਰੇ। ਸਰ 2 ਬੱਚਿਆਂ ਦੇ ਬਾਰੇ ਕਿਸ ਤਰ੍ਹਾਂ ਸਕਲੂ ਹੱਥ ਲੱਗਿਆ ਕਿ ਉਹਨਾਂ ਦੀ, ਜਾਂ ਉਹਨਾਂ ਨੇ ਖੁਦ ਫੋਨ ਵਗੈਰਾ ਕੀਤਾ ਵੀ ਅਸੀਂ ਵਾਪਸ ਆ ਰਹੇ ਹਾਂ ਜਾਂ ਅਸੀਂ ਇਸ ਜਗ੍ਹਾ 'ਤੇ ਹਾਂ? ਇਹਨਾਂ ਦੇ ਨਾ ਲੜਕੇ ਜੋ ਵਾਈਫਾਈ ਯੂਜ਼ ਕਰ ਰਹੇ ਸਨ, ਜਿਹਦੇ ਆਧਾਰ 'ਤੇ ਇਹਨਾਂ ਨੂੰ ਟਰੇਸ ਕੀਤਾ ਗਿਆ। ਵਾਈਫਾਈ ਦੇ ਮੋਬਾਈਲ ਕੋਲ ਸੀ ਉਹਨਾਂ ਦੇ? ਮੋਬਾਈਲ ਕੋਲ ਸੀ, ਪਰ ਸਿਮ ਕੋਈ ਵੀ ਯੂਜ਼ ਨਹੀਂ ਕਰ ਰਹੇ। ਸਿਮ ਨਹੀਂ ਯੂਜ਼ ਕਰ ਰਹੇ? ਬਿਨਾਂ ਸਿਮ ਤੋਂ ਰਿਕਵਰ ਕਰਨਾ ਵੀ ਪਰਸਨ ਨੂੰ ਬਹੁਤ ਔਖਾ ਹੋ ਜਾਂਦਾ ਪੁਲਿਸ ਲਈ। ਬਿਲਕੁਲ, ਇਹਦੇ ਲਈ ਅਲੱਗ ਅਲੱਗ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ, ਜੋ ਕਿ ਵਾਈਫਾਈ ਮੇਨਲੀ ਆਪਾਂ ਰੇਲਵੇ ਸਟੇਸ਼ਨ 'ਤੇ ਹੀ ਯੂਜ਼ ਕਰ ਸਕਦੇ ਹਾਂ, ਫ੍ਰੀ ਵਾਈਫਾਈ, ਜਿਹਦੇ ਕਰਕੇ ਆਪਾਂ ਨੇ ਨਜ਼ਦੀਕੀ ਸਾਰੇ ਰੇਲਵੇ ਸਟੇਸ਼ਨ ਕਵਰ ਕੀਤੇ ਹੋਏ ਸਨ, ਜੋ ਉਹਦੇ ਲਈ ਰੇਲਵੇ ਸਟੇਸ਼ਨ ਸਾਨੂੰ ਰਿਕਵਰ ਹੋ ਗਏ ਬੱਚੇ। ਬਿਲਕੁਲ, ਰੇਲਵੇ ਸਟੇਸ਼ਨ ਤੋਂ ਰਿਕਵਰ ਹੋਏ ਆ, ਫੈਮਿਲੀ ਨੂੰ ਹੈਂਡ ਓਵਰ ਕਰ ਦਿੱਤੇ ਗਏ? ਹਾਂਜੀ ਹਾਂਜੀ, ਬਿਲਕੁਲ ਕਰਦੇ ਗਏ। ਫੈਮਿਲੀ ਨੇ ਕੋਈ ਰੀਜ਼ਨ ਦੱਸਿਆ ਵੀ
ਕਿਸ ਕੋਈ ਤੰਗੀ ਜਾਂ ਪੈਸੇ ਦੀ ਜਾਂ ਕੋਈ ਘਰ 'ਚ ਲੜਾਈ ਝਗੜਾ ਕਿਸ ਨੂੰ ਲੈ ਕੇ? ਲੜਾਈ ਝਗੜੇ ਲਈ ਕੋਈ ਗੱਲ ਸਾਹਮਣੇ ਨਹੀਂ ਆਈ, ਬਾਕੀ ਤੰਗੀ ਦੀ ਗੱਲ ਦੇਖ ਰਹੇ ਹਾਂ। ਚਲੋ ਉਸ ਬਾਰੇ ਹਾਂ, ਉਸ ਉੱਤੇ ਕੋਈ ਕਮੈਂਟ ਨਹੀਂ ਕਰ ਸਕਦੇ ਸਰ। ਇੱਕ ਦੋ ਰਿਕਵਰ ਹੋ ਗਏ, ਬਾਕੀਆਂ ਦੇ ਬਾਰੇ ਕੋਈ ਕਲੂ ਲੱਗਿਆ ਉਹ ਕਿੱਥੇ ਨੇ, ਕਿਸ ਤਰ੍ਹਾਂ ਕਿਸ? ਹਾਂਜੀ, ਉਹ ਵੈਸੇ ਹੈ ਸਭ ਠੀਕ ਠਾਕ ਨੇ, ਇਹਨਾਂ ਬੱਚਿਆਂ ਦੇ ਦੱਸਣ ਦੇ ਮੁਤਾਬਕ ਜੋ ਕਿ ਕੱਲ੍ਹ ਰਾਤ ਕੱਲ੍ਹ ਹੀ ਮਿਲੇ ਇਹਨਾਂ ਨੂੰ, ਕੱਲ੍ਹ ਦਿਨੇ, ਅਤੇ ਜਲਦੀ ਉਹ ਵੀ ਰਿਕਵਰ ਹੋ ਜਾਣਗੇ। ਤਾਂ ਡੇਰਾਬਸੀ ਤੋਂ ਜੋ 7 ਬੱਚੇ ਲਾਪਤਾ ਹੋਏ ਸਨ, ਉਹਨਾਂ ਦੇ ਵਿੱਚ 2 ਮਿਲ ਗਏ ਨੇ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਆਂ ਦੇ ਹੈਂਡਓਵਰ ਕਰ ਦਿੱਤਾ। ਡੇਰਾ ਪੁਲਿਸ ਦੇ ਵੱਲੋਂ ਲਗਾਤਾਰ ਹੀ ਆਪਣੀਆਂ ਟੀਮਾਂ ਬਣਾ ਕੇ ਜੋ ਬਾਕੀ 5 ਬੱਚੇ ਰਹਿੰਦੇ ਨੇ ਜੋ ਨਾਬਾਲਗ ਦੱਸੇ ਜਾ ਰਹੇ ਨੇ, ਛੋਟੀ ਉਮਰ ਹੈ, ਉਹਨਾਂ ਨੂੰ ਵੀ ਜਲਦ ਰਿਕਵਰ ਕਰਨ ਦਾ, ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ। ਕੈਮਰਾ ਪਰਸਨ ਸੁਰਿੰਦਰ ਸਿੰਘ ਦੇ ਨਾਲ ਅਸ਼ਫਾਕ ਟੁਡੀ, ਲਿਵਿੰਗ ਇੰਡੀਆ ਨਿਊਜ਼, ਡੇਰਾਬਸੀ।